ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਹੋ ਗਿਆ ਸੰਡੇ, ਅੱਜ ਕਾਲਜ ਹੈ ਨਹੀਂ, ਕੰਮ ਵੀ ਆਪਣਾ ਰਾਤੀ ਆ, ਰਾਤੀ ਸ਼ਿਫਟ ਆ। ਅਤੇ ਬਸ ਹੁਣ ਨਿਕਲੇ ਹਾਂ ਘਰੋਂ, ਪਹਿਲਾਂ ਜਿੰਮ ਜਾਵਾਂਗੇ, ਉੱਥੋਂ ਮੁੰਡੇ ਨੂੰ ਨਾਲ ਲੈ ਕੇ ਫਿਰ ਉੱਥੋਂ ਵੇਖਾਂਗੇ ਕਿਤੇ ਮੌਲ ਵਗੈਰਾ ਚੱਲ ਰਿਹਾ, ਵੇਖਦੇ ਕੀ ਬਣਦਾ। ਚਲੋ ਹਾਂਜੀ, ਜਿੰਮ ਜਾ ਕੇ ਆਪਾਂ ਪਹੁੰਚ ਗਏ। ਆਉਂਦੇ ਨੂੰ ਵੇਖੋ ਸੇਵਾ ਕਰਨ ਦਿਆ ਯਾਰ, ਮੁੰਡਾ ਬਹੁਤ ਵਧੀਆ ਮੁੰਡਾ, ਇਹ ਤੋਂ ਵਧੀਆ ਕੋਈ ਹੈ ਹੀ ਨਹੀਂ। ਚੌਲ ਦੇ ਉੱਤੇ ਯਾਰ ਆਉਂਦੇ ਨਹੀਂ, ਇੰਨੀ ਇੱਜ਼ਤ, ਬਹੁਤ ਮਾਣ ਸਨਮਾਨ ਬਖਸ਼ਦਾ ਯਾਰ, ਮੈਨੂੰ ਕੀ ਆਖੀਏ। ਕਮਰਾ ਵੀ ਚੇਂਜ ਕਰ ਲਿਆ ਇਹਨੇ, ਵੇਖੋ ਹੁਣ ਦੂਜੇ ਕਮਰੇ 'ਚ ਆ ਗਿਆ। ਆਹ ਵਾਲਾ ਮੈਨੂੰ ਪਹਿਲੇ ਨਾਲੋਂ ਵਧੀਆ ਲੱਗਾ ਯਾਰ, ਵਧੀਆ। ਹਾਂ ਇਹ ਵਧੀਆ, ਇਹ ਸਹੀ ਆ। ਆ ਕੇ ਚੇਂਜ ਕਰਾ ਸਕਦੇ ਹੋ, ਮਤਲਬ ਜੇ ਤੁਹਾਡਾ ਜੀ ਜੂ ਨਹੀਂ ਲੱਗਣ ਡਿਆ, ਅਤੇ ਜੇ ਖਾਲੀ ਜਗ੍ਹਾ ਹੈਗੀ ਕਿਸੇ ਦੂਜੇ ਕਮਰੇ 'ਚ, ਤਾਂ ਚੇਂਜ ਕਰਾ ਸਕਦੇ ਤੁਸੀਂ, ਕੋਈ ਚੱਕਰ ਨਹੀਂ ਆ। ਤਾਂ ਇਹ ਕਰਕੇ ਜਿੰਮ 'ਚ ਰਹਿਣ ਦੇ ਫਾਇਦੇ ਵੀ ਆ, ਨੁਕਸਾਨ ਵੀ ਆ, ਦੋਵੇਂ ਚੀਜ਼ਾਂ ਹੈ। ਨੁਕਸਾਨ ਤਾਂ ਉੱਦਾਂ ਕੋਈ ਖਾਸ ਹੈ ਨਹੀਂ, ਉੱਦਾਂ ਨੁਕਸਾਨ ਤਾਂ ਕੋਈ ਵੀ ਨਹੀਂ ਆ, ਰੈਂਟ ਜ਼ਿਆਦਾ ਬਸ, ਬਾਕੀ ਸਭ ਵਧੀਆ। ਅਤੇ ਉਹੀ ਥੱਲੇ ਰੋਟੀ ਰਾਟੀ ਬਣਾਉਂਦਾ, ਰੋਟੀ ਬਣਾਉਂਦਾ ਕਿੱਦਾਂ ਚੱਲਦਾ ਹੋਇਆ ਤੁਹਾਡਾ, ਸਹੀ ਚੱਲੀ ਜਾਂਦਾ, ਜਗ੍ਹਾ ਮਿਲ ਜਾਂਦੀ ਆ? ਅੱਛਾ, ਹੁਣ ਉਹੀ ਜ਼ਿਆਦਾਤਰ ਬੱਚਿਆਂ ਨੇ ਇੰਡਕਸ਼ਨ ਇੰਡਕਸ਼ਨ ਲੈ ਲਿਆ, ਤਾਂ ਹੀ ਕਰਕੇ ਥੱਲੇ ਜਗ੍ਹਾ ਵਧੀਆ ਮਿਲ ਜਾਂਦੀ। ਹਾਂਜੀ, ਮੌਲ ਲੱਗ ਗਈ ਸੀ ਅਤੇ ਬਸ ਆਪਾਂ ਤੁਰੇ ਜਾਣ ਡੇ ਹਾਂ। ਅਤੇ ਆਹ ਰਾਹ ਬੜਾ ਵਧੀਆ ਲੱਗਦਾ, ਇਹਨੂੰ ਵੇਖੋ ਤੁਸੀਂ, ਰਾਹ ਚੈੱਕ ਕਰੋ, ਪਿੱਛੇ ਵੀ ਦਿਖਾਉਂਦੇ ਹੋ ਗਿਆ। ਹੁਣ ਸ਼ੌਂਕ ਆ ਮੁੰਡੇ ਦਾ ਵੀ ਇੱਥੇ ਸਾਈਕਲਿੰਗ ਕਰਨੀ, ਕੋਈ ਨਾ ਯਾਰ ਲੈ ਲਈ ਤੂੰ ਸਾਈਕਲ, ਛੇਤੀ ਫਿਰ ਇੱਥੇ ਕਰਿਆ ਕਰੇ ਸਾਈਕਲ, ਪਾ ਹੁਣ ਕੰਮ ਲੱਗ ਕੇ ਸਾਈਕਲ ਲੈਣਾ, ਕਿ ਗੱਡੀ ਤਾਂ ਲੈਣੀ ਹੋਣੀ, ਸਾਈਕਲ ਲੈਣਾ। ਕਿਉਂ ਨਹੀਂ ਲੈ ਹੋਣੀ ਯਾਰ, ਗੱਡੀ ਵੀ ਲਈ ਨਾ ਤੂੰ, ਕਿਉਂ ਲੈਣੀ ਗੱਡੀ, ਹਾਲੇ ਟਾਈਮ ਲੱਗੇਗਾ ਨਾ, ਇੰਨਾ ਸਾਈਕਲ ਤਾਂ ਸਾਰਾ ਵੀ ਸਾਰਾ ਉਹ ਲੈ ਕੇ ਜਾਇਆ ਕਰਨਾ। ਇਹ ਦੇ ਸਾਈਕਲ ਵੀ ਤੂੰ ਸਾਈਕਲਿੰਗ ਹੀ ਕਰਨੀ ਆ ਫਿਰ। ਹਾਂ ਸ਼ੌਂਕ ਆ, ਸ਼ੌਂਕ ਇਹ ਹੁੰਦਾ, ਸ਼ੌਂਕ ਸ਼ੌਂਕ ਦਾ ਕੋਈ ਮੁੱਲ। ਸਹੀ ਆ, ਸਹੀ ਆ। ਬਾਕੀ ਆ ਮਾੜਾ ਮੋਟਾ ਪਾਣੀ ਵੀ ਆ ਇਹ, ਚਲੋ ਇਗਨੋਰ ਕਰਾਂਗੇ, ਸਾਈਕਲਿੰਗ ਤੇ ਪਤਾ ਨਹੀਂ ਚੱਲੇਗਾ। ਹਾਂ ਸਾਈਕਲਿੰਗ ਤੇ ਪਤਾ ਨਹੀਂ ਚੱਲੇਗਾ, ਪੈਦਲ ਤੇ ਪਤਾ ਚੱਲਦਾ ਆਪਾਂ ਨੂੰ। ਚਨਮ ਤੋਂ ਬਹੁਤ ਵਧੀਆ ਪਿਆ ਕੱਪੜੇ, ਚਨਮ ਦੇ ਐਚਨਮ ਜਾਈ ਆ। ਹਾਂ ਚਨਮ ਬੜੇ ਨੇ, ਕੱਪੜੇ ਨਾਲੇ ਸਸਤੇ ਵੀ ਆ, ਇੱਥੋਂ ਤਾਂ ਕੁਝ ਮਿਲਿਆ ਨਹੀਂ ਆਪਾਂ ਨੂੰ ਅਜੇ ਤੱਕ, ਕੱਪੜੇ ਵਧੀਆ ਲੱਗੇ ਪਰ ਜ਼ਿਆਦਾ ਵੀ ਨਹੀਂ ਯਾਰ, ਇੱਕ ਅੱਧੀ ਹੁੰਡੀ ਵਧੀਆ ਸੀ, ਇਹ ਤਾਂ ਹੁਣ ਸੱਚ ਹੈ ਕਿ ਨਹੀਂ ਇਹ ਦੱਸ, ਇੱਕ ਹੁੰਡੀ ਵਧੀਆ ਲੱਗੀ ਜਿਵੇਂ ਤਾਂ ਕਹੀ ਸਕਾਂ ਹੁਣ ਮਨ ਕਹੀ ਸਕਾਂ ਮੈਂ ਸਹੀ ਦੱਸ ਰਿਹਾ, ਇੱਕ ਹੁੰਡੀ ਵਧੀਆ ਲੱਗੀ ਸੀ ਪਰ ਉਹ ਹੀ ਕਿੰਨੇ ਦੀ ਸੀ, $64 ਦੀ, ਤਾਂ ਹੀ ਕਰਕੇ ਆਪਾਂ ਅਜੇ ਉਹਨੂੰ ਛੱਡਤਾ, ਕਿਉਂਕਿ ਇੰਨੀ ਆਪਣੀ ਅਜੇ ਪਹੁੰਚ ਨਹੀਂ ਹੈਗੀ, ਜਦੋਂ ਹੋਊਗੀ ਉਦੋਂ ਆਪਾਂ ਲੈ ਲਾਂਗੇ। ਪਰ ਹੁਣ ਐਚਐਨਐਮ ਤੇ ਜਾਈਏ, ਹੁਣ ਐਚਐਨਐਮ ਤੇ ਜਾਈਏ, ਉੱਥੇ $20 ਵਾਲੇ ਸ਼ਰਤ ਪਏ ਹੋਣੀ, ਉਹ ਚੱਕਾਂਗੇ। ਨਹੀਂ ਯਾਰ 20 ਦੇ ਵੀ ਨਹੀਂ ਹੁੰਦੇ ਭਰਾ, ਉਹ ਤਾਂ ਐਚਐਨਐਮ ਇੰਨਾ ਵੀ ਸਸਤਾ, $40-50 ਦੀ ਹੁੰਦੀ ਹੈ ਮਤਲਬ ਹੁੱਡੀ ਵਗੈਰਾ। ਚਲੋ ਉੱਥੇ ਵੀ ਜਾਂਦੇ ਹੁਣ ਵੇਖਦੇ ਹਾਂ, ਬਾਕੀ ਜਗ੍ਹਾ ਇਹ ਵੀ ਵਧੀਆ ਯਾਰ, ਮੈਂ ਤਾਂ ਪਹਿਲੀ ਵਾਰੀ ਆਇਆ ਇੱਥੇ, ਇਹ ਤਾਂ ਘੁੰਮਦਾ ਹੀ ਰਹਿੰਦਾ, ਇਹ ਤਾਂ ਵੇਖੋ ਬਹੁਤ ਜ਼ਿਆਦਾ ਪੈਸਾ ਇੱਧਰ ਨਾਲ ਘੁੰਮਦੇ ਹੀ ਰਹਿੰਦੇ ਨੇ। ਚੱਲ ਇੱਧਰਲੇ ਵਾਈਸ ਚੱਲੀਏ। ਹਾਂਜੀ ਇੱਥੋਂ ਹੁਣ ਆਪਾਂ ਨਿਕਲ ਚੱਲੇ, ਬਸ ਲੈ ਲਏ ਕੱਪੜੇ ਥੋੜ੍ਹੇ ਬਹੁਤ, ਕੈਪ ਦੇ ਕੱਪੜੇ ਖਰੀਦੇ ਮੁੰਡੇ ਨੇ, ਕੈਪ ਦੂਜੇ ਇੱਥੇ ਭਰਾ ਲੋਕਲ ਮਿਲਦੇ ਨੇ ਨਾ, ਲੋਕਲ ਮਿਲ ਨਹੀਂ ਰਹੇ ਇੱਥੇ, ਲੱਭਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਰੇੜੀਆਂ ਕਿਤੇ ਦਿਖੀਆਂ ਨਹੀਂ। ਚੱਲੀ ਚੱਲੀ ਜਾ, ਬ੍ਰਾਂਡ ਨਹੀਂ ਲੈਣਾ, ਮੈਂ ਕਿਹਾ ਉਹ ਆ ਉਹਦੇ ਚੱਲੀਏ, ਉਹ ਸਸਤੇ ਹੋਣੇ। ਨਾ ਨਾ ਉੱਥੇ ਕੀ ਕਰਨਾ, ਨਾ 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 ਇਹੋ ਹੀ ਤਾਂ ਕਿਹਾ ਸੀ ਮੈਂ, ਗੈਪ 'ਚ ਚੱਲਣ ਡੀ ਯਾਰ, ਬਹੁਤ ਤਗੜੀ ਸੇਲ, ਆਪਾਂ ਉੱਥੋਂ ਚੱਕ ਲਏ ਬਸ। ਫਿਰ ਜ਼ਿਆਦਾ ਕੁਛ ਨਹੀਂ ਲਿਆ, ਇੱਕ ਹੁੱਡੀ ਲਈ ਆ, ਇੱਕ ਜੀਨਸ ਲਈ ਆ, ਇੱਕ ਟਰਾਊਜ਼ਰ ਲੈ ਲਿਆ ਬਸ, $100 ਖਰਚਾ ਬਸ, ਜ਼ਿਆਦਾ ਕੁਛ ਨਹੀਂ। ਅਤੇ ਬਸ ਹੁਣ ਦੂਜੀ ਮੌਲ 'ਚ ਚੱਲਦੇ ਹਾਂ, ਉੱਥੋਂ ਜਾ ਕੇ ਵੇਖਦੇ ਕੁਛ, ਹੁਣ ਮਿਲਦੇ ਤੁਹਾਨੂੰ ਉੱਥੇ ਜਾ ਕੇ। ਹਾਂਜੀ ਹੁਣ ਆਪਾਂ ਆ ਕੇ ਡੈਵਨਸ਼ੇਅਰ ਮੌਲ, ਅਤੇ ਬਸ ਇੱਥੇ ਘੁੰਮਣ ਡਏ ਹਾਂ, ਵੇਖਦੇ ਇੱਥੋਂ ਕੁਛ ਮਿਲਦਾ ਕਿ ਨਹੀਂ। ਹੁਣ ਐਚਐਨਐਮ ਜਾਣਾ ਬਸ, ਇਹਨੇ ਲੈਣੇ ਹੁਣ ਕੱਪੜੇ ਐਚਐਨਐਮ ਦੇ, ਉਹ ਮੈਰੀ ਕਿੰਨੇ ਯਾਰ, ਓਹੋ ਹੋਏ ਹੋਏ, ਮੈਂ ਕਿੱਥੋਂ ਲੈ ਲਾਂ, ਤੇ ਜੈਮ ਵਾਲੇ ਹੋ ਤੁਸੀਂ, ਪੈਸੇ ਸਾਰੇ ਬਚਾਏ ਆ, ਰੈਂਟ ਤੱਕ ਖਾਣ ਤੱਕ ਦੇ ਪੈਸੇ ਨਹੀਂ ਆਏ, ਉਹਨੇ ਭੁੱਖੇ ਮਾਰਦੇ ਨਹੀਂ ਦੇ ਤੁਸੀਂ, ਗੱਲਾਂ ਕਰਦੇ ਇੱਕ ਇੱਕ ਟਾਈਮ ਰੋਟੀ ਖਾਂਦੇ ਅਸੀਂ, ਸਾਨੂੰ ਤਾਂ ਇੱਕ ਟਾਈਮ ਹੀ ਨਹੀਂ ਮਿਲਦੀ ਭਰਾ, ਕਿੱਥੇ ਯਾਰ, ਆਹ ਤੂੰ 3 ਟਾਈਮ ਰੋਟੀ ਖਾਂਦਾ ਨਾਲੇ ਤੈਨੂੰ ਬਣੀ ਬਣਾਈ ਮਿਲਦੀ। ਸਹੀ ਗੱਲ ਸਹੀ, ਉਹ ਤਾਂ ਮੇਰੀ ਤੁਸੀਂ ਹੈਲਥ ਵੇਖ ਕੇ ਤੁਹਾਨੂੰ ਪਤਾ ਲੱਗਣੀ ਚਾਹੁੰਦਾ, ਹਾਂ 3 ਟਾਈਮ ਰੋਟੀ ਪਾਉਂਦਾ, ਇੱਕ ਟਾਈਮ ਵੀ ਮਸਾਂ ਮਿਲਦੀ ਆ,
ਨਹੀਂ ਯਾਰ ਨਾਲੇ ਤੈਨੂੰ ਬਣੀ ਬਣਾਈ ਮਿਲਦੀ ਸਾਨੂੰ ਬਣਾਣੀ ਪੈਂਦੀ ਰੋ ਧੋ ਕੇ ਬਣਾਉਂਦੇ ਅਸੀਂ ਹੋਰ ਨਹੀਂ ਯਾਰ ਤਾਂ ਹੀ ਤੇ ਮੈਂ ਤੁਹਾਡੇ ਕੋਲ ਆਉਣ ਲੱਗਾ ਹੁਣ ਹੁਣ ਇਹਨਾਂ ਦਾ ਮਹੀਨਾ ਰਹਿ ਗਿਆ ਤੇ ਮੈਂ ਇਹਨਾਂ ਦੇ ਰੂਮ ਤੋਂ ਸ਼ਿਫਟ ਹੋਣਾ ਸ਼ਿਫਟ ਕੀ ਮਤਲਬ ਇੱਦਾਂ ਹੀ ਆ ਜਾ ਕਰਨਾ ਯਾਰ $100 ਸਾਨੂੰ ਦੇ ਦੇਗਾ ਇਹਨਾਂ $100 ਯਾਰ ਇਹੋ ਹੀ ਦੋਸਤੀ ਬਸ ਇਹੋ ਹੀ ਦੋਸਤੀ ਕਿਹੜਾ ਬਣੀ ਤੇਰਾ ਉਹ ਪਿੱਛੇ ਬੈਠਾ ਦੇਖ ਮੈਂ ਤੂੰ ਖਚਾ ਲਾ ਦੇਖ ਕੀ ਹੋਇਆ ਕੋਈ ਨਾ ਤੂੰ ਖਚਾ ਚੱਲ ਉਹ ਆ ਗਿਆ ਚਲੋ ਜਾਂਦੇ ਹੁਣ ਵੇਖਦੇ ਹਾਂਜੀ ਗੁਰਦੁਆਰੇ ਗੁਰਦੁਆਰੇ ਜਾ ਕੇ ਹੁਣ ਵਾਪਸ ਹਰ ਜਗ੍ਹਾ ਤੋਂ ਘੁੰਮ ਫਿਰ ਕੇ ਆ ਗਏ ਹੁਣ ਜਿਮ 'ਚ ਹੁਣ ਇੱਥੇ ਹੀ ਰਵਾਂਗੇ ਉਸ ਤੋਂ ਬਾਅਦ 'ਚ ਰਾਤੀ ਅੱਜ ਫਿਰ ਕੰਮ ਆ ਕੰਮ 'ਤੇ ਚੱਲਾਂਗੇ ਚਲੋ ਆ ਲੈ ਇਹ ਵੇਖੋ ਜਾਦੂ ਹੋ ਗਿਆ ਲਾਈਟ ਜਗਾਤੀ ਹੋਈ ਰੀਲਾਂ ਬਣਾਉਂਦਾ ਹੋਣਾ ਤੂੰ ਇਹਦੇ ਉੱਤੇ ਠੀਕ ਆ ਠੀਕ ਆ ਨਜ਼ਾਰੇ ਲੈਣ ਡੇ ਪੂਰੇ ਤੁਸੀਂ ਹਾਂ ਲੈਪਟੋਪ 2000 ਫੂਕਿਆ ਉਹਨੇ ਪਤਾ ਮੈਨੂੰ ਲੈਪਟੋਪ ਦਾ ਰੰਗ ਦੇਖਦਾ ਪੀਲਾ ਹੈ ਭਈਆ ਪੁਰਾਣਾ ਜਾਂ ਨਾ ਤੈਨੂੰ ਪੁਰਾਣਾ ਆ ਸਾਰੇ ਇਹਨੂੰ ਕਹਿ ਰਹੇ ਕਹਿੰਦਾ ਮੈਂ ਦੇ ਕੇ ਆਉਣਾ ਅੱਜ ਜਾਣਾ ਹੀ ਗਿਆ ਹੀ ਨਹੀਂ ਇਹ ਦੇ ਹੀ ਨਾ ਦੇ ਮੈਨੂੰ ਤਾਂ ਪੁਰਾਣਾ ਲੱਗਦਾ ਪੁਰਾਣਾ ਹੀ ਹੈ ਯਾਰ ਥੱਲੇ ਉਹਦੇ ਥੱਲੇ ਕੁਛ ਵੀ ਪਾਣੀ ਵੀ ਜਾ ਸਕਦਾ ਵਿੱਚ ਅਰੇ ਬਿਜ਼ਨਸ ਖੋਲਤਾ ਮੁੰਡੇ ਨੇ ਵਿਊ ਵੇਖੋ ਯਾਰ ਵਿਊ ਵੀ ਨੀ ਵੇਖਿਆ ਤੁਸੀਂ ਕਮਰੇ ਤੋਂ ਵਿਊ ਵੇਖੋ ਯਾਰ ਵਿਊ ਚੱਕਰ ਏਡਾ ਸੋਹਣਾ ਵਿਊ ਚਲੋ ਹੁਣ ਮਿਲਾਂਗੇ ਤੁਹਾਨੂੰ ਥੋੜ੍ਹੇ ਚਿਰ ਬਾਅਦ ਹਾਂਜੀ ਹੁਣੇ ਆਪਾਂ ਖਤਮ ਕਰਕੇ ਆਏ ਹਾਂ ਆਪਣੀ ਸ਼ਿਫਟ ਅਤੇ ਅੱਜ ਦੁਬਾਰਾ ਮੰਡੇ ਹੋ ਗਿਆ ਬਸ ਫਿਰ ਨਵਾਂ ਹਫ਼ਤਾ ਸ਼ੁਰੂ ਇੱਦਾਂ ਹੀ ਹਫ਼ਤੇ ਲੰਘੀ ਜਾਣ ਡਿਆ ਬਸ ਅਤੇ ਚੱਲਦੇ ਹੁਣ ਕਾਲਜ ਇੱਕ ਹੀ ਕਲਾਸ ਹੈ ਅੱਜ ਫਿਰ ਦੇਖਦੇ ਹਾਂ ਕੀ ਬਣਦਾ ਚੱਲ ਗਿਆ ਹਾਂਜੀ ਕਲਾਸ ਆਪਣੀ ਸ਼ੁਰੂ ਹੋ ਗਈ ਅਤੇ ਹੁਣ ਬ੍ਰੇਕ ਵੀ ਹੋ ਗਿਆ ਹੁਣ ਬਸ ਥੋੜ੍ਹਾ ਜਿਹਾ ਇੱਥੇ ਬ੍ਰੇਕਫਾਸਟ ਟਾਈਪ ਕੁਛ ਚੱਲਣ ਡਿਆ ਇੱਧਰ ਆ ਬੈਠਾ ਫੋਨ 'ਤੇ ਲੱਗਾ ਹੋਇਆ ਬਸ 10 ਮਿੰਟ ਦਾ ਬ੍ਰੇਕ ਆ ਉਸ ਤੋਂ ਬਾਅਦ ਫਿਰ ਚੱਲ ਕਲਾਸ ਆਪਣੀ ਬੋਕੀ ਅਤੇ ਬਸ ਹੁਣ ਚੱਲੇ ਹਾਂ ਜਿਮ ਵੱਲ ਜਾ ਕੇ ਸੋਨੇ ਹਾਂ ਹੁਣ ਅਤੇ ਬਸ ਉਸ ਤੋਂ ਬਾਅਦ ਫਿਰ ਰਾਤੀ ਚੱਲਾਂਗੇ ਸ਼ਿਫਟ 'ਤੇ ਇਹੋ ਹੀ ਆ ਕੰਮ ਆਪਣਾ ਚਲੋ ਮਿਲਦੇ ਤੁਹਾਨੂੰ ਫਿਰ